ਪਾਕਿਸਤਾਨ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਸੰਕੇਤਾਂ ਤੋਂ ਬਾਅਦ ਪੂਰੀ ਸਿੱਖ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਅਤੇ ਇਸ ਸੰਬੰਧੀ ਜਦੋਂ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਕੁਝ ਸ਼ਰਧਾਲੂਆਂ ਦੇ ਨਾਲ ਦੈਨਿਕ ਸਵੇਰਾ ਦੇ ਵੱਲੋਂ ਗੱਲਬਾਤ ਕੀਤੀ ਤਾਂ ਆਓ ਸੁਣੋ ਇਹਨਾਂ ਸ਼ਰਧਾਲੂਆਂ ਦਾ ਇਸ ਫੈਸਲੇ ਨੂੰ ਲੈ ਕੇ ਕੀ ਕਹਿਣਾ। ਬਹੁਤ ਵੱਡਾ ਉਪਰਾਲਾ ਕੀਤਾ ਜੀ ਉਹਨਾਂ ਨੇ, ਕਰਤਾਰਪੁਰ ਦਾ ਜਿਹੜਾ ਲਾਂਘਾ ਖੋਲ੍ਹਿਆ, ਅਤੇ ਇਸ ਸਾਰੇ ਮੈਂ ਕਹਿੰਦਾ ਲੋਕਾਂ ਨੂੰ ਕਿ ਪਬਲਿਕ ਨੂੰ ਕਿ ਜ਼ਰੂਰ ਦਰਸ਼ਨ ਕਰਨ ਜਾਣੇ ਚਾਹੀਦੇ ਆ। ਐਡੀ ਵੱਡਾ ਓਪਰਚੁਨਿਟੀ ਜਿਹੜੀ ਮਿਲੀ ਆ, ਵੀ ਸ਼ੁੱਡ ਟੇਕ ਇਟ, ਐਂਡ ਜਿਹੜੀ ਫਰੈਂਡਸ਼ਿਪ ਦੋਨਾਂ ਪਾਸੇ ਦਿਖਾਈ ਆ, ਇਟਸ ਵੈਰੀ ਨਾਈਸ। ਵਿਰੋਧ ਕਰਨ ਵਾਲੇ ਕਰੀ ਜਾਣ ਕੋਈ ਗੱਲ ਨਹੀਂ, ਪਰ ਸਿੱਖ ਕੌਮ ਲਈ ਬਹੁਤ ਵਧੀਆ ਉਪਰਾਲਾ ਕੀਤਾ ਸਿੱਧੂ ਸਾਹਿਬ ਨੇ। ਮੈਂ ਤਾਂ ਇਹ ਕਹਿੰਦਾ ਜੀ ਬਹੁਤ ਸੋਹਣੇ ਪਰਮਾਤਮਾ ਦੇ ਦਰਸ਼ਨ ਲੋਕ ਪਾਸਪੋਰਟ ਬਣਾ ਕੇ ਜਾਂਦੇ ਆ, ਮੈਂ ਤਾਂ ਕਹਿੰਦਾ ਵੈਸੇ ਦਰਸ਼ਨ ਦੇ ਬਹੁਤ ਸੋਹਣੀ ਗੱਲ ਹੈ ਜੀ, ਬਹੁਤ ਹੀ ਵਧੀਆ ਗੱਲ ਹੈ ਜੀ ਦਰਸ਼ਨ ਵਾਲੇ। ਸਾਨੂੰ ਬਹੁਤ ਖੁਸ਼ੀ ਆ, ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨੀ ਸਾਨੂੰ ਖੁਸ਼ੀ ਉਹਦੀ। ਉਹਨਾਂ ਨੇ ਬਹੁਤ ਵਧੀਆ ਕੀਤਾ ਜੀ, ਜਿਹੜੇ ਮਹਾਰਾਜ ਦੇ ਸਾਨੂੰ ਦਰਸ਼ਨ ਮਿਲੇ ਹੋਣਗੇ ਖੁੱਲ੍ਹੇ ਜੀ, ਅਤੇ ਸੰਗਤਾਂ ਦਾ ਦਰਸ਼ਨ ਮਿਲੇ ਕਰਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ ਜੀ। ਕੰਮ ਬਹੁਤ ਵਧੀਆ ਕਰ ਰਹੇ ਆ, ਜੋ ਵੀ ਕੁਛ ਕਰ ਰਹੇ ਆ ਚੰਗਾ, ਗੁਰਸਿੱਖ ਦਾ ਇਹੋ ਕੰਮ ਆ ਵੀ ਦਰਸ਼ਨ ਦਾਰੇ ਕਰੇ। ਕਰਤਾਰਪੁਰ ਦੇ ਲਾਂਘੇ ਦੇ ਨਾਲ ਕੋਈ ਜੱਫੀ ਦਾ ਪਾਉਣਾ ਜਾਂ ਦੂਸਰਾ ਕਰਨਾ ਸਾਡੀ ਸਦਭਾਵਨਾ, ਪੰਜਾਬ ਦੀ ਇੱਕ ਸੱਭਿਅਤਾ ਕਿ ਜੱਫੀ ਪਾ ਲੈਣੀ ਕੁਝ ਕਰਨਾ, ਉਹ 'ਚ ਕੋਈ ਸ਼ਤਰੂ ਨਹੀਂ। ਸੋ ਜੇ ਇਹ ਲਾਗੂ ਹੋ ਜਾਵੇ ਜਾਂ ਪਾਕਿਸਤਾਨ ਵਾਲੇ ਜਾਂ ਇੰਡੀਆ ਵਾਲੇ ਇਹਨੂੰ ਖੋਲ੍ਹ ਦੇਣ ਰਸਤੇ ਨੂੰ, ਅਤੇ ਬਹੁਤ ਸਾਰੀ ਸਿੱਖ ਸੰਗਤਾਂ ਜਿਹੜੀਆਂ ਦਰਸ਼ਨਾਂ ਤੋਂ ਵਾਂਝੀਆਂ ਨੇ ਉਹ ਦਰਸ਼ਨ ਕਰ ਸਕਣਗੀਆਂ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਦੈਨਿਕ ਸਵੇਰਾ ਟੀਵੀ।